ਪਾਕਿਸਤਾਨ ਤੇ ਹਿੰਦੁਸਤਾਨ 75 ਸਾਲਾਂ ਦੇ ਹੋ ਗਏ ਨੇ ਜੇ ਇਨਸਾਨ ਦੇ ਬੱਚੇ ਹੁੰਦੇ ਤੇ ਹੁਣ ਤੱਕ ਬੁੱਢੇ ਹੋ ਗਏ ਹੁੰਦੇ ਕਿਸੇ ਟਾਲੀ ਥੱਲੇ ਬੈ ਕੇ ਪੁਰਾਣੀਆਂ ਗੱਲਾਂ ਯਾਦ ਕਰਦੇ ਹਾਸਲੇਂਦੇ ਰੋ ਲੈਂਦੇ ਇਹ ਕਹਿ ਲੈਂਦੇ ਵੀ ਜੋ ਹੋਣਾ ਸੀ ਹੋ ਗਿਆ ਹੁਣ ਜਾਂਦੀ ਕਰੋ ਅਸੀਂ ਲੜ-ਪੇੜ ਕੇ ਆਪਣੀ ਸਾਰੀ ਜ਼ਿੰਦਗੀ گزار ਦਿੱਤੀ ਹੈ ਹੁਣ ਅਗਲੀਆਂ ਨਸਲਾਂ ਲਈ ਕੁਸੂਲ ਸਫਾਈ ਦੀ ਗੱਲ ਕਰ ਲਈਏ ਲੇਕਿਨ ਨਾ ਜਿਹੜਾ ਸ਼ਰੀਕਾ 75 ਬਾਰੇ ਪਹਿਲੇ ਸ਼ੁਰੂ ਹੋਇਆ ਸੀ ਉਹ ਅੱਜ ਤੱਕ ਨਹੀਂ ਮੁੱਕਾ ਜਿਹੜਿਆਂ ਬਾਬਿਆਂ ਤੇ ਮਾਈਆਂ ਨੇ ਪਾਰਟੀਸ਼ਨ ਵੇਖੀ ਸੀ ਉਹਨਾਂ ਚੋਂ ਕਈ ਅਜੇ ਵੀ ਹਯਾਤ ਨੇ ਸਾਡੇ ਕੁਝ ਬਜ਼ੁਰਗ ਪਾਰਟੀਸ਼ਨ ਨੂੰ ਨਾ ਆਜ਼ਾਦੀ ਆਉਂਦੇ ਨੇ ਨਾ ਉਹਨਾਂ ਨੂੰ ਇਹ ਯਾਦ ਹੈ ਵੀ ਅਸੀਂ 1947 ਵਿੱਚ ਅੰਗਰੇਜ਼ਾਂ ਤੋਂ ਜਾਨ ਚੁੜਾਈ ਸੀ ਜਾਂ ਇੱਕ ਨਵਾਂ ਮੁਲਕ ਬਣਾਇਆ ਸੀ ਉਹ ਤੇ ਬਸ ਇਹ ਆਉਂਦੇ ਨੇ ਮੈਂ 47 ਵਿੱਚ ਲੁੱਟ ਪਈ ਸੀ ਸਾਡੀ ਦੁਨੀਆ ਉੱਤੇ ਥੱਲੇ ਹੋ ਗਈ ਸੀ ਹੁਣ ਹਿੰਦੁਸਤਾਨ ਤੇ ਪਾਕਿਸਤਾਨ ਉਹ ਜੋੜਾ ਬਣ ਗਏ ਨੇ ਜਿਹੜਾ ਹਰ ਮਹੱਲੇ ਵਿੱਚ ਹੁੰਦਾ ਹੈ ਹਰ ਰੋਜ਼ ਉੱਥੇ ਘਰੋਂ ਭਾਂਡੇ ਖੜਕਣ ਦੀ ਆਵਾਜ਼ ਆਉਂਦੀ ਹੈ ਲੜਾਈਆਂ ਦੀਆਂ ਵੀ ਆਵਾਜ਼ਾਂ ਆਉਂਦੀਆਂ ਨੇ ਬੂੜੀ ਕਹਿੰਦੀ ਹੈ ਵੀ ਮੇਰੇ ਨਸੀਬ 'ਚ ਤੇਰੇ ਵਰਗਾ ਹੀ ਇੱਕ ਮਵਾਲੀ ਲਿਖਿਆ ਸੀ ਤੇ ਬੰਦਾ ਕਹਿੰਦਾ ਤੂੰ ਵੀ ਕਪੱਤੀ ਤੇ ਤੇਰੀ ਮਾਂ ਵੀ ਕਪੱਤੀ ਮੱਲੇ ਵਾਲੇ ਇਹ ਇਟ ਖੜਾਕਾ ਸੁਣ ਸੁਣ ਕੇ ਹੁਣ ਬੋਰ ਹੋ ਗਏ ਨੇ ਕੋਈ ਇਹ ਵੀ ਆ ਕੇ ਨਹੀਂ ਪੁੱਛਦਾ ਵੀ ਐਡਾ ਲੜਦੇ ਕਿਉਂ ਵੈਸੇ ਕਦੀ ਹਿੰਦੁਸਤਾਨੀ ਪਾਕਿਸਤਾਨੀ ਮਿਲ ਬੈਣ ਤੇ ਪਪੀਆਂ ਜੱਥੀਆਂ ਵੀ ਸ਼ੁਰੂ ਕਰ ਲੈਂਦੇ ਨੇ ਆਖਦੇ ਨੇ ਕਿ ਆਪ ਤੋ ਬਿਲਕੁਲ ਹਮਾਰੇ ਜੈਸੇ ਹੀ ਨਿਕਲੇ ਮੈਨੂੰ ਵੀ 2-4 ਦਫਾ ਇਹ ਸੁਣਨ ਦਾ ਮੌਕਾ ਮਿਲਿਆ ਹੈ ਤੇ ਮੈਂ ਦਿਲ ਵਿੱਚ ਆਖਿਆ ਵੀ ਤੁਹਾਡਾ ਕੀ ਖਿਆਲ ਸੀ ਬਾਰਡਰ ਦੇ ਦੂਸਰੇ ਪਾਰ ਬੰਦਰ ਰਹਿੰਦੇ ਨੇ ਫੇਰ ਹਰ 5 ਦਾ ਸਾਲ ਬਾਅਦ ਸ਼ਰੀਕਾ ਵਾਪਸ ਆ ਜਾਂਦਾ ਉਧਰੋਂ ਕੋਈ ਆਂਦਾ ਵੀ ਹਮ ਘੁਸ ਕੇ ਮਾਰੇਗੇ ਦੂਸਰਾ ਇਧਰੋਂ ਆਉਣ ਲੈ ਨੇ ਵੀ ਅਸੀਂ ਤੇ ਲਾਲ ਕਿਲੇ ਪਹੁੰਚੇ ਕੇ ਪਹੁੰਚੇ ਹੁਣ ਸਾਡੇ ਮਹੱਲੇ ਵਾਲੇ ਵੀ ਆਂਦੇ ਨੇ ਵੀ ਹਿੰਦੁਸਤਾਨ ਪਾਕਿਸਤਾਨ ਦਾ ਕੁਝ ਨਹੀਂ ਹੋ ਸਕਦਾ ਇਹਨਾਂ ਦੀਆਂ ਪੱਪੀਆਂ ਜੱਫੀਆਂ ਦਾ ਵੀ ਕੋਈ ਇਤਬਾਰ ਨਹੀਂ ਤੇ ਇਹਨਾਂ ਦਾ ਬੈਰ ਵੀ ਕਦੀ ਨਹੀਂ ਮੁਕਣਾ ਪਹਿਲੇ ਸਾਡਾ ਵਜ਼ੀਰ ਆਜ਼ਮ ਹੁੰਦਾ ਸੀ ਨਵਾਜ਼ ਸ਼ਰੀਫ ਉਹਨੇ ਵਾਚ ਪਾਈ ਉਹਨਾਂ ਨੂੰ ਸਦਾ ਦਿੱਤਾ ਉਹ ਲੋੜਾ ਪਰ ਤੇ ਵੱਡੀ ਜੱਫੀ ਪਾਈ ਲੇਕਿਨ ਉਧਰੋਂ ਸਾਡਾ ਮੁਸ਼ਰਫ ਕਾਰਗਿਲ ਤੇ ਚੜ ਬੈਠਾ ਫੇਰ ਆਪ ਵੀ ਹਿੰਦੁਸਤਾਨ ਗਿਆ तो ताज महल तो वर्डिया की हवेली उत्तर तस्वीर खिंचवा के, के खाली घर वापस आ गया नवाज शरीफ दोबारा वजीर आजम बनिया तो हिंदुस्तान के वजीर आजम मोदी साहब जरा शायद कभी अपने घर भी नहीं गया लाहौर नवाज शरीफ के घर पहुँच गया तो इतने नारे बज गए नवाज़ शरीफ मोदी का यार है गद्दार है आखिर नवाज़ शरीफ गया जेल उतों किसी तरह सन ला के लंदन अपड़ गया तो उतें बैठे पुछते रहेंगे ने भी जो मोदी ना ही यारी करनी थी तो फिर मैनू क्यों क्या ਵਜ਼ੀਰ ਆਜ਼ਮ ਇਮਰਾਨ ਖਾਨ ਨੂੰ ਕੋਈ ਮਹੀਨੇ ਪਹਿਲੇ ਪਤਾ ਲੱਗਾ ਕਿ ਜਿਹੜੇ ਆਟਾ ਖੰਡ ਵੇਚਣ ਵਾਲੇ ਸੇਠਾਂ ਨੇ ਉਹਨਾਂ ਨੂੰ ਵਜ਼ੀਰ ਆਜ਼ਮ ਬਣਾਉਣ ਲਈ ਜੇਬਾਂ ਢੀਲੀਆਂ ਕੀਤੀਆਂ ਸਨ ਉਹ ਤੇ ਅੰਦਰੋਂ ਬਲੈਕ ਹੀ ਨਿਕਲੇ ਖਾਨ ਸਾਹਿਬ ਨੇ ਕਿਹਾ ਛੱਡਿਆ ਵੀ ਹਿੰਦੁਸਤਾਨ ਤੋਂ ਖੰਡ ਖਰੀਦ ਲਓ ਕਪਾਹ ਖਰੀਦ ਲਓ ਫਿਰ ਨਾਰੇ ਵੱਜ ਗਏ ਕਿ ਇਮਰਾਨ ਖਾਨ ਮੋਦੀ ਦਾ ਯਾਰ ਹੋ ਗਿਆ ਹਾਲਾਂਕਿ ਮੋਦੀ ਤੇ ਖਾਨ ਸਾਹਿਬ ਨੇ ਏਡੀ ਤਰੱਕੀ ਕੀਤੀ ਇਸ ਲਈ ਵੀ ਦੋਵੇਂ ਕਦੀ ਯਾਰ ਨਹੀਂ ਬਣਾਉਂਦੇ ਉੱਥੇ ਮੋਦੀ ਸਾਹਿਬ ਦੇ ਭਗਤ ਨੇ ਤੇ ਇੱਥੇ ਇਮਰਾਨ ਖਾਨ ਦੇ ਪ੍ਰਸਤਾਵ ਖਾਸਾ ਨਵਾ ਸ਼ਰੀਫ ਨੂੰ ਮੋਦੀ ਦਾ ਯਾਰ ਤੇ ਗद्दार ਕਹਿੰਦੇ ਸਨ ਹੁਣ ਚੰਗੇ ਭਲੇ ਸਿਆਣੇ ਲੋਕ ਜਿਹੜੇ ਹਮੇਸ਼ਾ ਅਮਨ ਦੀ ਗੱਲ ਕਰਦੇ ਰਹੇ ਨੇ ਉਹ ਇਮਰਾਨ ਖਾਨ ਨੂੰ ਗद्दार ਬਣਾਉਣ ਤੇ ਲੱਗੇ ਸਾਡੀ ਮਾਂ ਮਰੂਮ ਕਹਿੰਦੀ ਸੀ ਵੀ ਅਥਾਣਾ ਬਨੀਆਂ ਗੰਡਾ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ ਖਾਨ ਸਾਹਿਬ ਨੂੰ ਸਟੈਬਲਿਸ਼ਮੈਂਟ ਦੀ ਹਲਾਸ਼ੇਰੀ ਹੈ ਉਹਨਾਂ ਨੂੰ ਗੰਡ ਖੋਲਣੀ ਵੀ ਆਉਂਦੀ ਏ ਤੇ ਲਾਉਣੀ ਵੀ ਆਉਂਦੀ ਏ ਤੇ ਦੰਦ ਵੀ ਉਹਨਾਂ ਦੇ ਤੇਜ਼ ਨੇ ਜੇ ਗੰਡ ਉਹਨਾਂ ਕੋਲੋਂ ਨਾ ਖੁੱਲੀ ਤੇ ਮੇਰੇ ਤੁਹਾਡੇ ਵਰਗੇ ਲੋਕ ਕੀ ਕਰ ਸਕਦੇ ਬਸ ਇਹਨਾ ਕਹਿ ਸਕਦੇ ਨੇ ਕਿ ਇੱਥੇ ਸਾਡੇ ਠੀਸ ਸੇਠ ਡਾਢੇ ਨੇ ਗਰੀਬ ਦੇ ਬਾਲ ਵਿੱਚ ਚੀਨੀ ਦਾ ਚਮਚਾ ਨਹੀਂ ਜਾਣ ਦਿੰਦੇ ਤੇ ਉੱਥੇ ਦੇ ਸੇਠ ਵੀ ਸੁਣਿਆ ਹੈ ਬੜੇ ਕਾਰਪੋਰੇਟ ਹੋਏ ਨੇ ਤੇ ਹੁਣ ਵਿਚਾਰੇ ਕਿਸਾਨ ਕਈਆਂ ਮਹੀਨਾ ਤੋਂ ਧਰਨਾ ਦੇ ਕੇ ਬੈਠੇ ਨੇ ਵੀ ਸਾਨੂੰ ਹੱਲ ਵਾਣ ਦਿਓ ਜੇ ਕਦੀ ਹਿੰਦੁਸਤਾਨ ਪਾਕਿਸਤਾਨ ਵਾਲੀ ਗੰਡ ਖੁੱਲ ਗਈ ਤੇ ਕਿਸੇ ਟਾਲੀ ਥੱਲੇ ਮੇਲ ਹੋ ਗਿਆ ਤੇ ਇੱਕ ਦੂਸਰੇ ਕੋਲੋਂ ਪਹਿਲਾਂ ਸਭ ਤੋਂ ਇਹ ਹੀ ਪੁੱਛਾਂਗੇ ਵੀ ਜਿਹੜੀ 1947 ਵਿੱਚ ਲੋਟ ਸ਼ੁਰੂ ਹੋਈ ਸੀ ਇਹ ਆਖਰ ਕਦੋਂ ਮੁੱਕੇਗੀ ਰੱਬ ਰੱਖਾ